गुरु नानक नाम चढ़दी कला तेरे भाणे सरबत दा भला। वाहिगुरू जी का खालसा वाहिगुरू जी की फतेह। अज फिर आपां देखो ग्यारह कुजियां नूं भस्मां नूं अग देण जा रहे हैं। इहदे विच अलग अलग भस्मां वा, सारियां भस्मां नूं अज फिर आपां अग दवांगे। कि जिस तरह तुहानूं वार वार आपां देखो थले भी पाथियां वा, उपर फिर इहदे पाथियां पा के गोबर दियां ते इहनू अग दवांगे। तीन चार दिन अग जिहड़ी है बलदी रहूगी। उस तों बाद फिर ये जिहड़ियां वीडियो तुहानूं दसदे रहिंदे आ कि सब तों उपर जिहड़ियां वा जिहड़ियां बूटियां तों उपर भस्मां हुंदियां वा, क्योंकि सत धातु जिहड़े आ शरीर दे विच सत धातु सब तों अहम चीज़ हुंदी आ, क्योंकि सत धातुआं दी घाट हो जांदी आ ते उह सत्ते ਧਾਤਾਂ ਜਿਹੜੀਆਂ ਵਾਂ ਜਿਵੇਂ ਭਸਮਾਂ ਆਪਾਂ ਜਿਹੜੀਆਂ ਵਾਂ ਉਹ ਖੁਦ ਆਪਾਂ ਤਿਆਰ ਕਰਦੇ ਹਾਂ। ਇਹ ਵੇਖੋ ਹੁਣ ਆਪਾਂ ਥੱਲੇ ਵੀ ਇਹਦੇ ਬਹੁਤ ਸਾਰਾ, ਇਹ 4 ਫੁੱਟ ਟੋਆ ਡੂੰਘਾ ਵਾ ਅਤੇ 3.5 ਫੁੱਟ ਟੋਆ ਜਿਹੜਾ ਚੌੜਾ ਵਾ। ਇਹਦੇ ਵਿੱਚ ਥੱਲੇ ਵੀ ਆਪਾਂ ਗੋਬਰ ਦੀਆਂ ਪਾਥੀਆਂ ਪਾ ਕੇ ਅਤੇ ਉੱਪਰ ਕੁੱਜੇ ਰੱਖ ਕੇ ਉੱਪਰ ਫਿਰ ਪਾਥੀਆਂ ਪਾ ਕੇ ਅਤੇ ਇਹਨੂੰ ਹੁਣ ਆਪਾਂ ਅੱਗ ਦਿੰਦੇ ਹਾਂ। ਅੱਗ ਵੀ ਤੁਹਾਨੂੰ ਦਿੰਦੇ ਵਿਖਾਉਂਦੇ ਆਪਾਂ। ਹਾਂਜੀ ਆ ਵੇਖੋ ਅੱਗ ਹੁਣ ਇਹਨੂੰ ਦੇਤੀ ਆ। ਇਸ ਤਰ੍ਹਾਂ ਇਹ 2-3 ਦਿਨ ਅੱਗ ਜਿਹੜੀ ਆ ਇਹ ਚੱਲਦੀ ਰਹੂਗੀ, ਫਿਰ ਬਾਅਦ 'ਚ ਠੰਡੀ ਹੋਣ 'ਤੇ ਇਹ ਵਿੱਚੋਂ ਸਾਰੀਆਂ ਭਸਮਾਂ ਬਾਹਰ ਕੱਢ ਕੇ ਫਿਰ ਇਸ ਤੋਂ ਬਾਅਦਾਂ, ਕਿਉਂਕਿ ਇੱਕ ਇੱਕ ਭਸਮ ਨੂੰ ਕਈਆਂ ਭਸਮਾਂ ਨੂੰ ਹਜ਼ਾਰ ਹਜ਼ਾਰ ਅੱਗ ਦੇਣੀ ਪੈਂਦੀ ਆ, ਕਿਸੇ ਨੂੰ 100 ਦੇਣੀ ਪੈਂਦੀ ਆ। ਅਲੱਗ ਅਲੱਗ ਭਸਮਾਂ ਹੁੰਦੀਆਂ, ਉਹਨਾਂ ਨੂੰ ਸਾਰੀਆਂ ਨੂੰ ਅਲੱਗ ਅਲੱਗ ਜਿੰਨੀਆਂ ਜਿੰਨੀਆਂ ਅੱਗਾਂ ਦੀ ਜ਼ਰੂਰਤ ਹੁੰਦੀ ਆ, ਕਈ ਕਈ ਭਸਮਾਂ ਨੂੰ ਹਜ਼ਾਰ ਹਜ਼ਾਰ ਅੱਗ ਆਉਂਦੀ ਆ। ਇਸੇ ਤਰ੍ਹਾਂ ਲਗਾਤਾਰ ਪ੍ਰੋਸੀਜਰ ਜਿਹੜਾ ਚੱਲਦਾ ਰਹਿੰਦਾ ਵਾ। ਅਤੇ ਵੀਡੀਓ ਨੂੰ ਵੀਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ। ਇਸ ਤਰ੍ਹਾਂ ਅਸਲੀ ਮਰਦਾਂ ਵਾਸਤੇ ਜਿਹੜੀਆਂ ਵਾ, ਇਕੱਲੀਆਂ ਮਰਦਾਂ ਵਾਸਤੇ ਨਹੀਂ, ਇਹ ਬਣਾਉਂਦੀਆਂ ਅਸਲੀ ਮਰਦ, ਕਿਉਂਕਿ ਆਪਦੇ ਹੱਥੀਂ ਤਿਆਰ ਕੀਤੀਆਂ ਹੋਈਆਂ ਨੈਚੁਰਲ ਤਰੀਕੇ ਨਾਲ, ਜਿਵੇਂ ਸਾਧੂ ਸੰਤ ਮਹਾਤਮਾ ਇਸ ਤਰ੍ਹਾਂ ਹੀ ਰਿਸ਼ੀ ਮੁਨੀ ਜਿਹੜੇ ਸੀ ਉਹ ਭਸਮਾਂ ਤਿਆਰ ਕਰਕੇ ਆਯੁਰਵੈਦਿਕ, ਅਤੇ ਫਿਰ ਇਹ ਦੁਨੀਆ ਦੇ ਲੋਕਾਂ ਨੂੰ ਖਵਾਉਂਦੇ ਸੀ, ਅਤੇ ਤਾਂ ਕਰਕੇ ਫਿਰ ਬਹੁਤ ਜ਼ਿਆਦਾ ਲੋਕ ਜਿਹੜੇ ਸੀ ਸਟਰੋਂਗ ਹੁੰਦੇ ਸੀ। ਅਤੇ ਇਹਨਾਂ ਚੀਜ਼ਾਂ ਦੇ ਨਾਲ ਅਸਲੀ ਮਰਦਾਨਾ ਤਾਕਤ ਜਿਹੜੀ ਇਹਦੇ ਨਾਲ ਬਣਦੀ ਆ। ਅਤੇ ਵੀਡੀਓ ਇਹ ਇਕੱਲੀ ਮਰਦਾਨਾ ਤਾਕਤ ਨਹੀਂ, ਸਾਰੇ ਸਰੀਰ ਦੀਆਂ ਹੋਰ ਵੀ ਅਨੇਕਾਂ ਬਿਮਾਰੀਆਂ ਅਤੇ ਭਸਮਾਂ ਜਿਹੜੀਆਂ ਕੰਮ ਆਉਂਦੀਆਂ, ਕਿਉਂਕਿ ਸੱਤ ਧਾਤੂ ਜਿਹੜੇ ਆ ਉਹ ਸਰੀਰ ਦੇ ਵਿੱਚ ਘਟਣ ਦੇ ਬਾਅਦ ਨਾਲ ਹੀ ਆਪਣੇ ਸਰੀਰ ਦੇ ਜਿਵੇਂ ਸੈੱਲ ਘਟ ਗਏ ਜਾਂ ਕਈ ਤਰ੍ਹਾਂ ਦੇ ਹਾਰਮੋਨਜ ਘਟ ਗਏ, ਇਹਨਾਂ ਕਾਰਨ ਹੀ ਹੱਡੀਆਂ ਕਮਜ਼ੋਰ, ਇਹ ਸਾਰਾ ਕੁਝ ਖੂਨ ਦੀ ਕਮੀ, ਅਨੇਕਾਂ ਸਰੀਰ ਦੇ ਵਿੱਚ ਕਮਜ਼ੋਰੀਆਂ ਜਿਹੜੀਆਂ ਵਾ ਇਹ ਤੱਤ ਘਟਣ ਨਾਲ ਹੀ ਸੱਤ ਧਾਤੂ ਘਟਣ ਦੇ ਕਾਰਨ ਹੀ ਆਉਂਦੀਆਂ ਵਾ। ਅਤੇ ਇਸ ਤਰ੍ਹਾਂ ਇਹ ਸੱਤੇ ਧਾਤੂ ਜਿਹੜੀਆਂ ਵਾ ਅੱਗ ਦੇ ਵਿੱਚ ਤਿਆਰ ਪੁਰਾਤਨ ਵਿਧੀ ਅਨੁਸਾਰ ਕੀਤੀਆਂ ਜਾਂਦੀਆਂ ਵਾ। ਅਤੇ ਵੀਰਿਓ ਇਹ ਬਣਾਉਂਦੀਆਂ ਜੇ ਅਸਲੀ ਮਰਦ, ਇਹ ਚੀਜ਼ਾਂ ਇਸ ਤਰ੍ਹਾਂ ਤਿਆਰ ਕਰਕੇ ਆਪਾਂ ਸਾਰੇ ਵੀਰਾਂ ਨੂੰ ਖਵਾਉਂਦੇ ਰਹਿੰਦੇ ਹਾਂ ਜਾਂ ਮਰੀਜ਼ਾਂ ਨੂੰ। ਅਤੇ ਬਾਕੀ ਵੀਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ, ਕਿਉਂਕਿ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ, ਤੁਹਾਨੂੰ ਪਤਾ ਲੱਗਦਾ ਰਹੇ ਕਿ ਅਸਲੀ ਆਯੁਰਵੈਦਿਕ ਮੈਡੀਸਨ ਜਿਹੜੀ ਆ ਭਸਮਾਂ ਕਿਵੇਂ ਤਿਆਰ ਹੁੰਦੀਆਂ ਜਾਂ ਕਿਵੇਂ ਦਵਾਈਆਂ ਬਣਦੀਆਂ। ਇਸੇ ਤਰ੍ਹਾਂ ਹਰ ਤੁਹਾਨੂੰ ਜਿਹੜੀ ਅਸੀਂ ਦਵਾਈ ਬਣਾਉਂਦੇ ਹਾਂ ਉਹਦੀ ਅਸੀਂ ਵੀਡੀਓ ਪਾਉਂਦੇ ਰਹਿੰਦੇ ਹਾਂ। ਬੈੱਲ ਆਈਕਨ ਵਾਲਾ ਬਟਨ ਦਬਾ ਲਿਓ, ਕਿਉਂਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ, ਚੈਨਲ ਸਬਸਕ੍ਰਾਈਬ ਕਰ ਲਿਓ। ਅਤੇ ਜਿਨ੍ਹਾਂ ਨੇ ਸਾਡੇ ਕੋਲੋਂ ਕੋਈ ਮੈਡੀਸਨ ਲੈਣੀ ਹੋਵੇ ਤਾਂ ਉਹ ਫੋਨ ਕਰਕੇ ਆਵੇ। ਨਿਰਮਲਾ ਆਯੁਰਵੈਦਿਕ ਕਲੀਨਿਕ ਨਾਗੋ ਕੇ ਮੋੜ, ਵੈਦ ਕਰਮਜੀਤ ਸਿੰਘ। ਆਓ ਵੀਰਿਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।